ਕਿ ਹਕੂਮਤ ਨੇ ਇਹ ਦਲਾਲ ਛੱਡੇ ਨੇ ਇਹਨਾਂ ਦਾ ਕੰਮ ਕੀ ਹੈ ਸਿੱਖਾਂ ਦਾ ਘਾਣ ਕਰਨਾ ਸਿੱਖ ਨੌਜਵਾਨਾਂ ਨੂੰ ਪਤਿਤ ਕਰਨਾ ਸਿੱਖ ਧੀਆਂ ਬੱਚੀਆਂ ਨੂੰ ਵਰਗਲਾ ਕੇ ਸਿੱਖੀ ਤੋਂ ਦੂਰ ਕਰਨਾ ਪਖੰਡ ਦਾ ਸਹਾਰਾ ਲੈ ਕੇ ਜਿਹੜਾ ਪਹਿਲਾਂ ਕੋਈ ਪਖੰਡੀ ਸਾਧ ਕਰਦੇ ਸੀ ਪੁੱਛਣਾ ਦੇਰ ਵਾਲਾ ਕੰਮ ਉਹ ਕੰਮ ਹੁਣ ਇਹਨਾਂ ਫੜ ਲਿਆ ਆਪਾਂ ਬਚਣਾ ਕਿ ਖਾਲਸਾ ਵਿਹੂਰ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਪਰਦੇ ਫੋੜ ਦਿੱਤੇ ਸਰਕਾਰਾਂ ਦੇ ਜਿੱਥੇ ਕਿ ਸਰਕਾਰਾਂ ਨੇ ਆਪਣੇ ਕੁਝ ਨੁਮਾਇੰਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਛੱਡੇ ਹੋਏ ਹਨ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹਾ ਕਿ ਆਪਾਂ ਨੂੰ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ ਤੇ ਕਿਵੇਂ ਬਚਣਾ ਉਹ ਤੁਸੀਂ ਸੋਚਣਾ ਇੱਕ ਗੱਲ ਮੈਂ ਹਕੂਮਤ ਨੂੰ ਵੀ ਕਹਿਣਾ ਚਾਹੁੰਦਾ ਇਹਨਾਂ ਈਸਾਈ ਪਾਸਟਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਬਾਜ ਆ ਜਾਓ ਗਲਤੀ ਕਿਸੇ ਦੀ ਵੀ ਹੋਵੇ ਜੇ ਕਿਸੇ ਨੇ ਯੁਰਤ ਕੀਤੀ ਗੁਰੂ ਘਰ ਵੱਲ ਮਾੜੀ ਨਿਗਾਹ ਰੱਖਣ ਦੀ ਉਹਦਾ ਹਾਸ਼ਰ ਉਹ ਹੋਊਗਾ ਜਿਹੜਾ ਇੰਦਰਾ ਗਾਂਧੀ ਦਾ ਹੋਇਆ ਜੇ ਪਰਸੋਂ ਦਿਹਾੜਾ ਨਾ ਕਿਹਾ ਭੁੱਲਿਆ ਨਾ ਕਰੋ ਇਹ ਚੀਜ਼ ਖਾਲਸਾ ਵਿਹੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਨਾਲ ਇਹ ਵੀ ਕਿਹਾ ਜੇ ਕੋਈ ਵਿਅਕਤੀ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕਰਦਾ ਤਾਂ ਉਹਦੀ ਹਾਲਤ ਇੰਦਰਾ ਗਾਂਧੀ ਵਰਗੀ ਬਣਾ ਦਾਂਗੇ ਤਾਂ ਇੰਦਰਾ ਗਾਂਧੀ ਨੂੰ ਯਾਦ ਰੱਖਿਆ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਤੱਤੀਆਂ ਗੱਲਾਂ ਤੇ ਸੱਚੀਆਂ ਆਖੀਆਂ ਹਨ ਜੇ ਵਿਚਾਰ ਦੀ ਤ੍ਰਿਸ਼ਨਾ ਲੈ ਕੇ ਕੋਈ ਆਊਗਾ ਉਹਨਾਂ ਵਿਚਾਰ ਕਰਾਂਗੇ ਪਰ ਜੇ ਅਰੰਗੇ ਵਾਂਗੂ ਚੜ ਕੇ ਆਉਣਾ ਤੇ ਫਿਰ ਤੁਸੀਂ ਜੰਗ ਦੀ ਤਿਆਰੀ ਕਰੋ ਕਾਰਵਾਈ ਕਰਨੀ ਯੁੱਧ ਦਾ ਜਵਾਬ ਯੁੱਧ ਚ ਦੇਈਦਾ ਜਿਹੜਾ ਮਨੁੱਖ ਯੁੱਧ ਲੜਨਾ ਆਉਂਦਾ ਜਿਹੜਾ ਮਨੁੱਖ ਯੁੱਧ ਦੀ ਮਨਸ਼ਾ ਲੈ ਕੇ ਯੁੱਧ ਦਾ ਵਿਚਾਰ ਲੈ ਕੇ ਯੁੱਧ ਦੀ ਤ੍ਰਿਸ਼ਨਾ ਲੈ ਕੇ ਆਉਂਦਾ ਉਹਨੂੰ ਖਾਲਸਾ ਕਦੇ ਖਾਲੀ ਹੱਥ ਨਹੀਂ ਮੋੜਦਾ ਕਿਉਂਕਿ ਇੱਥੇ ਜਿਹੜੀ ਤ੍ਰਿਸ਼ਨਾ ਲੈ ਕੇ ਗੁਰੂ ਘਰ ਤੁਸੀਂ ਆਓਗੇ ਉਹੋ ਜਿਹੀ ਪੂਰੀ ਕਰ ਦਿਆਂਗੇ ਜੋ ਕਿ ਵਿਚਾਰ ਕਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਕਿਹਾ ਕਿ ਧੱਕੇ ਦਾ ਜਵਾਬ ਧੱਕੇ ਨਾਲ ਦਿੱਤਾ ਜਾਵੇਗਾ ਸਰਕਾਰ ਜਿਵੇਂ ਵੀ ਪੇਸ਼ ਆਉਂਦੀ ਹੈ ਤੇ ਅਸੀਂ ਬਰਾਬਰ ਖੜੇ ਹੋਵਾਂਗੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਵਿਚਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ ਵਰਲਡ ਨਿਊਜ਼ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ